ਮੇਰਾ ਨਾਮ ਸੁਨੀਤਾ, ਮੇਰਾ ਵੀਰਾ ਏ ਛੋਟਾ ਮੇਰੇ ਤੋਂ ਚਿੱਟੇ ਨਾਲ ਗਿਆ ਵੀਰੇ, ਚਿੱਟਾ ਪਤਾ ਨੀ ਕਿੰਨਾ ਹੀ ਲਾ ਦੇ, ਘਰ ਦੀ ਕੋਈ ਚੀਜ਼ ਨੀ ਛੱਡੀ, ਬੱਚੇ ਭੁੱਖੇ, ਮੰਜਾ ਵੀ ਨੀ ਕੋਈ ਛੱਡਿਆ, ਵੇਚਤਾ ਇਹਨੇ ਘਰ ਦਾ ਸਮਾਨ, ਹਾਂਜੀ ਘਰ ਦੀ ਨੀ ਵਿਚਾਰੀ ਕੰਮ ਕਾਰ ਕਰਦੇ, ਲਿਆ ਲਿਆ ਦਿੰਦੇ ਰੇ ਵੀਰੇ, ਕੂੜੇ ਸੁੱਟਦੀ ਸੀ, ਸਾਡਾ ਵੀਰਾ ਲੁੱਟ ਲਿਆ, ਅੱਗੇ ਸਾਡਾ ਹੱਥ ਦੇਣੀ ਵੀਰੇ ਨੂੰ ਏ ਜੋ ਲੁੱਟਿਆ ਗਿਆ, ਅਜੇ ਕੱਲ ਨੂੰ 8 ਦਿਨ ਹੋਣੇ ਆ, ਮਗਰੇ ਇਹਨੇ ਵੀ ਤਿਆਰੀਆਂ ਕਰ ਲਈਆਂ, ਸਾਡੇ ਪੁਲਿਸ ਵਾਲੇ ਕੋਈ ਨੀ ਗੱਲ ਸੁਣਦੇ, ਅਸੀਂ ਨਹੀਂ ਸੁਣਦੇ ਸਾਡੀ, ਅਸੀਂ ਤਾਂ ਬੇਨਤੀਆਂ ਵੀ ਕਰਦੇ, ਅਸੀਂ ਅਰਦਾਸਾਂ ਵੀ ਕਰਦੇ ਨੇ, ਸਾਡੇ ਵੀਰ ਨੂੰ ਕੋਈ ਬਚਾ ਲੈਂਦਾ, ਅਸੀਂ ਵੀਰ ਚਾਹ ਦੇਣ, ਸਤਰ ਵਾਲੇ ਮਹੀਨਾ ਲੈਂਦੇ ਨੇ, ਨਾ ਕੋਈ ਕਾਰਵਾਈ ਨੀ ਕਰਦੇ, ਅਸੀਂ ਬੜੇ ਸਰਕਾਰਾਂ ਨਿਕੰਮੀਆਂ ਨੇ ਸਾਡੇ ਵਾਸਤੇ ਤੇ ਨਿਕੰਮੀਆਂ ਨੇ, ਜਦੋਂ ਸਾਡਾ ਨੀ ਕੋਈ ਮਸਲਾ ਹੱਲ ਕਰਦੇ, ਪਰ ਸਾਡੇ ਵਾਸਤੇ ਤੁਸੀਂ ਨਿਕੰਮੀਆਂ ਨੇ, ਨਿਕੰਮੀਆਂ ਨੇ ਸਰਕਾਰ ਦੇ ਵੀ ਨਾਲ ਰਲੇ ਬੰਦੇ, ਸਰਕਾਰ ਦੇ ਬੰਦੇ ਰਹੇ ਨੇ ਨਾ, ਚਿੱਟਾ ਨੀ ਬੰਦ ਕਰਾਉਂਦੇ, ਪਾਸੇ ਲੈ ਲੈ ਕੇ ਛੱਡ ਜਾਂਦੇ ਨੇ ਚਿੱਟੇ ਵਾਲਿਆਂ ਨੂੰ, 70 ਸਾਲ ਛੱਡ ਜਾਂਦਾ ਚਿੱਟੇ ਵਾਲਿਆਂ ਨੂੰ, ਫੜ ਕੇ ਪੈਸੇ ਲੈ ਲੈਂਦੇ ਨੇ ਉਹਨਾਂ ਕੋਲੋਂ, ਸਗੋਂ ਉਹਨਾਂ ਦੀਆਂ ਬੁੜ। ਕੀ ਨਾਮ ਸੀ ਤੁਹਾਡਾ? ਮੇਰਾ ਨਾਮ ਬਸ਼ੀਰ। ਬਸ਼ੀਰ ਕੀ ਲੱਗਦਾ ਹੈ? ਮੇਰਾ ਪੁੱਤਰ ਹੈ। ਪੁੱਤਰ ਸੀਗਾ, ਕਿੰਨੀ ਉਮਰ ਸੀ? ਉਹਦੀ ਹੈਗੀ 25 ਸਾਲ। 25 ਸਾਲ ਬਾਅਦ ਤੇ ਇੱਥੇ ਗਏ ਹੋ? ਯਸ ਹਾਂਜੀ। ਅੱਜ ਕਿਵੇਂ ਮੌਤ? ਆ ਜਿਹਦੀ ਮੌਤ ਹੋ ਗਈ ਬਈ ਚਿੱਟੇ ਨੇ ਕਰ ਦਿੱਤੀ। ਚਿੱਟੇ ਨੇ ਕਰ ਖਾ ਲਿਆ? ਹਾਂ। ਕਿੰਨਾ ਵੀ ਚਿੱਟਾ ਜਿਹੜਾ ਇੱਥੇ ਚਿੱਟਾ ਬਹੁਤ ਵੇਖਦਾ, ਗੁਫੀਆ ਵੇਖਦਾ ਜੀ। ਕੀ ਸਰਕਾਰਾਂ ਕਰਦੀਆਂ? ਇਹ ਸਰਕਾਰਾਂ ਕੁਛ ਨਹੀਂ ਕਰਦੀਆਂ, ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ। ਘਰਾਂ ਦੇ ਘਰ ਕਿਸ ਤਰ੍ਹਾਂ? ਕਿਸੇ ਘਰਾਂ ਦੇ ਘਰ ਗਰਕ ਹੋਏ ਜਾਂਦੇ ਆ ਜੀ, ਹੋਮਣੇ ਨੇ ਇਹ ਜਿਹੜੇ ਪਏ ਨੇ, ਇਹ ਤਾਂ ਪਾਰ ਗੱਟੀ ਤੀਕਰ ਤੈਨੂੰ ਜਾਣਾ ਪੈਣਾ ਤੇ ਹੋਰ ਉੱਥੋਂ ਤੀਕਰ ਬੰਦੇ ਵੇਖੇ ਡਿੱਗਦੇ, ਉੱਥੋਂ ਤੀਕਰ ਵੇਖ ਕੀ ਹਾਲ ਹੋਇਆ ਪਿਆ, ਜ਼ਮੀਨਾਂ ਵੇਚ ਦਿੱਤੀਆਂ, ਬੁਰੇ ਹਾਲ, ਬਾਂਕੇ ਦਿਹਾੜੇ ਹੋਏ ਪਏ। ਇਹ ਸਰਕਾਰ ਪੁੱਛ ਪ੍ਰਤੀਤ ਹੀ ਨਹੀਂ ਕਰਦੀ ਇਹਦਾ ਕੰਟਰੋਲ ਕਰਨ ਦਾ ਬੜਾ ਹੋ ਸਕਦਾ। ਹਾਂਜੀ ਹਾਂ, ਜਿਹੜੇ ਅੱਗੇ ਬਚੇ ਨੇ ਤੇ ਜੰਗ ਲੱਗ ਗਿਆ ਤੇ ਉਹਨਾਂ ਨੂੰ ਇੰਨਾ ਹੀ ਕਿ ਮੈਂ ਖਬਰ ਦਿੰਦਾ, ਜੰਗ ਲੱਗ ਗਿਆ ਤੇ ਗੱਭਰੂ ਨਹੀਂ ਮਿਲੇਗਾ, ਗੱਭਰੂ ਨਹੀਂ ਮਿਲੇਗਾ ਮਿੰਟਰੀ ਦੇ ਵਿੱਚ, ਗੱਭਰੂ ਨਹੀਂ ਮਿਲੇਗਾ, ਜਨਾਨੀਆਂ ਤਾਂ ਬੰਦ ਹੋ ਜਾਈਆਂ, ਜਿਹੜੀਆਂ ਵਿਚਾਰੀਆਂ ਬੱਚਿਆਂ ਨੂੰ ਕੌਣ ਪਾਲੇਗਾ, ਛੋਟੇ ਛੋਟੇ ਬੱਚੇ, 4-4 ਬੱਚੇ ਕੌਣ ਪਾਲੇਗਾ, ਮਹਿੰਗਾਈ ਕਿੰਨੀ, ਹਾਂ ਕੰਟਰੋਲ ਹੋਣਾ ਚਾਹੀਦਾ। ਮੇਰਾ ਨਾਮ ਸੋਨੂ ਜੀ। ਇਹ ਕਾਰਨ ਭਾਈ ਚਿੱਟਾ ਸ਼ਰੇਆਮ ਮਿਲਦਾ ਪਿਆ, ਠੀਕ ਹੈ, ਇਹ ਕੁੰਡੇ ਪਿੰਡ ਏ, ਇਹਦਾ ਨਾਂ ਰਣਜੀਤ ਸੀਗਾ, ਇਹਦਾ ਨਾਮ ਰਣਜੀਤ ਸੀਗਾ, ਰਣਜੀਤ ਨਾਂ, ਰਣਜੀਤ ਨਾਮ, ਇਹਦੀ ਉਮਰ ਨਹੀਂ 25-26 ਸਾਲ ਹੈਗੀ ਏ, 25-26 ਸਾਲ ਹੈਗੀ। ਹਾਂਜੀ, ਤੇ 4 ਬੱਚੇ, 2 ਮੁੰਡੇ ਨੇ, 2 ਕੁੜੀਆਂ, 4 ਬੱਚੇ ਨੇ।
ਤੇ ਚਿੱਟਾ ਸ਼ਰੇਆਮ ਵਿਕਦਾ ਹੈ, ਕੋਈ ਕੰਟਰੋਲ ਨਹੀਂ ਹੁੰਦਾ, ਨਾ ਕੋਈ ਸਰਕਾਰ ਹੀ ਕਰਦੀ ਪਈ ਹੈ। ਹਾਂਜੀ, ਹਫ਼ਤੇ ਦੇ ਵਿੱਚ 4 ਮੌਤਾਂ ਲਗਾਤਾਰ ਹੋਈਆਂ, ਚਿੱਟੇ ਵਾਲੇ ਮੁੰਡੇ ਮਰੇ ਨੇ, 2 ਹੀ ਦਿਨ ਦੇ ਚਾਚੇ ਦੇ ਸੀਗੇ ਨਾਲ ਹੀ ਘਰ ਏ। ਹਾਂਜੀ, ਹਾਂ ਇਹ ਇਹਦੂ ਪਹਿਲਾਂ ਇੱਕ ਮੁੰਡਾ ਪੂਰਾ ਹੋਇਆ, ਇੱਕ ਹੁਣ ਮੁੰਡਾ ਹੋਇਆ ਜਿਉਣ ਦਾ ਨਾਂ, ਉਹਦਾ ਜੇ ਭੋਗ ਪਿਆ ਹੈ ਤੇ ਇਹ ਮੁੰਡਾ ਪੂਰਾ ਹੋ ਗਿਆ। ਪਤਾ ਕੀ, ਸਾਡੀ ਤਾਂ ਹੱਥ ਜੋੜ ਕੇ ਇਹ ਬੇਨਤੀ ਕਿ ਪਿੰਡ ਦਾ ਕੁਛ ਕੀਤਾ ਜਾਵੇ। ਹਾਂਜੀ, ਤੇ ਦੇਖੋ ਨਿੱਕੇ ਨਿੱਕੇ ਬੱਚੇ ਨੇ, ਇਹਨਾਂ ਹੁਣ ਬੱਚਿਆਂ ਦੀ ਕੇਅਰ ਕੌਣ ਕਰੇਗਾ, ਮਾਂ ਪਿਓ ਤੋਂ ਬਿਨਾਂ ਕੋਈ ਕੇਅਰ ਹੈਗੀ? ਹਾਂਜੀ, ਹਾਂ ਤੇ ਉਹਦੀ ਘਰ ਦੀ ਉਮਰ ਕੀ ਹੈ ਜੇ? ਕੁਛ ਵੀ ਉਮਰ ਨਹੀਂ ਹੈਗੀ। ਉਹ ਸਰਕਾਰਾਂ ਕੁਛ ਨਹੀਂ ਕਰ ਸਕਦੀਆਂ, ਸਰਕਾਰਾਂ ਨੂੰ ਉਹ ਸਰਕਾਰਾਂ ਕੀ ਕਰਦੀਆਂ ਨੇ? ਕੁਛ ਨਹੀਂ ਕਰ ਸਕਦੀਆਂ ਸਰਕਾਰਾਂ, ਸਰਕਾਰਾਂ ਨੇ ਤਾਂ ਗੰਦ ਪਾਇਆ ਹੋਇਆ, ਪੁਲਿਸ ਪੈਸੇ ਲੈ ਕੇ ਬੰਦਾ ਛੱਡਦੀ, ਸਰਕਾਰਾਂ ਛੁਡਵਾਉਂਦੀਆਂ ਨੇ। ਮੰਤਰੀ ਦਾ ਫੋਨ ਕਰਵਾ ਦਿਓ ਜੀ, ਬੰਦਾ ਛੁੱਟ ਗਿਆ, ਆਹ ਪ੍ਰਧਾਨ ਹੈ ਜੀ ਸ਼ਹਿਰ ਦਾ, ਪਿੰਡ ਦਾ ਪ੍ਰਧਾਨ ਹੈ, ਇਹ ਲੋਕੀ ਪੈਸੇ ਦੇ ਸਿਸਟਮ ਨਾਲ ਚੱਲਦੇ ਪਏ ਨੇ, ਘਰਾਂ ਦਾ ਬੇੜਾ ਗਰਕ ਹੋਇਆ ਪਿਆ। ਹਾਂਜੀ, ਇਹ ਪਿੰਡ 'ਚ ਰੋਜ਼ ਹੀ ਮੌਤ ਹੋ ਰਹੀ ਸਮਝੋ, ਕੱਲ੍ਹ ਹੁਣ 2 ਭੋਗ ਪਏ ਨੇ ਤੇ ਅੱਜ ਮੌਤ ਹੋ ਗਈ, ਇਹ ਵੀ ਭੋਗ ਹੀ ਪੈਣਾ, ਇਹ ਪਤਾ ਨਹੀਂ ਚਿੱਟੇ ਵਾਲਾ ਫੇਰ ਅਗਾ ਕਿਹੜਾ ਮਰ ਜਾਣਾ, ਜੇ ਕੰਟਰੋਲ ਨਾ ਹੋਇਆ ਤੇ ਪਤਾ ਨਹੀਂ ਕਿੰਨੇ ਮੁੰਡੇ ਮਰਨਗੇ। ਹਾਂਜੀ, ਤੇ ਸਾਡੀ ਤਾਂ ਬੇਨਤੀ ਇਹੀ ਹੈ ਕਿ ਇਹਦੇ ਤੇ ਕੰਟਰੋਲ ਕੀਤਾ ਜਾਵੇ। ਅਸੀਂ ਤਾਂ ਸਰ ਪ੍ਰਸ਼ਾਸਨ ਅੱਗੇ ਬੇਨਤੀਆਂ, ਪ੍ਰਸ਼ਾਸਨ ਅੱਗੇ ਹੀ ਕਰਦੇ ਰਹੇ ਹਾਂ। ਇਹ ਇੱਕ ਦਿਨ ਵੀ ਨਹੀਂ ਜੀ ਪੈਂਦਾ, ਬਿਨ ਨਾਗਾ ਮੌਤਾਂ ਹੋ ਰਹੀਆਂ, 4ਵੀਂ ਤੋਂ 5ਵੀਂ ਮੌਤ ਹੈ ਸਾਡੇ ਪਿੰਡ ਦੇ ਵਿੱਚ, ਖੁੰਡੇ ਪਿੰਡ 'ਚ, ਅਤੇ ਪ੍ਰਸ਼ਾਸਨ ਤਾਂ ਕੁਛ ਨਹੀਂ ਕਰ ਰਿਹਾ। ਇੱਥੇ ਥਾਣੇਦਾਰ, SHO ਸਾਰੇ ਹੋ ਗਏ ਨੇ, ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਹੀ ਨਹੀਂ ਗੌਲੀ, ਅਤੇ ਚਿੱਟਾ ਤਾਂ ਬਹੁਤ ਹੀ ਜ਼ਿਆਦਾ ਸਾਡੇ ਪਿੰਡ ਵੇਖ ਰਹੇ, ਠੰਡੇ ਮਸਲੇ 'ਚ ਪਾਤਾ ਜੀ, ਗੌਰ ਹੀ ਨਹੀਂ ਕਰ ਰਹੀ ਸਰਕਾਰ। ਸਰਕਾਰਾਂ ਇੰਨੇ ਨੇ ਵਾਅਦਾ ਕਰਦੀਆਂ ਸੀ ਚਿੱਟਾ ਖਤਮ ਕਰਾਂਗੇ, ਸਗੋਂ ਅੱਗੇ ਕੁੜੀਆਂ 'ਚ ਸੀ, ਹੁਣ ਕਿਲੋਆਂ ਦੇ ਹਿਸਾਬ ਨਾਲ, ਕੁਆਂਟਲਾਂ ਦੇ ਹਿਸਾਬ ਨਾਲ, ਇਹ ਕਿੱਥੇ ਗਈਆਂ ਸਰਕਾਰਾਂ? ਇਹ ਵਾਅਦੇ ਇਹਨਾਂ ਦੇ ਬਸ ਖਬਰਾਂ ਲਵਾਉਣ ਲਈ ਹੁੰਦੇ ਜਾਂ ਚੈਨਲਾਂ 'ਤੇ ਬੋਲਣ ਲਈ ਹੁੰਦੇ ਨੇ, ਅਤੇ ਲੋਕਾਂ ਦੇ ਘਰਾਂ 'ਚ ਆਣ ਕੇ ਵੇਖਣ ਕੀ ਹਾਲ ਹੈ। ਭਾਂਡੇ ਵੇਚ ਵਿੱਚ ਚਿੱਟਾ ਪੀਤੀ ਜਾਂਦੇ ਨੇ, ਚਿੱਟਾ ਵੇਚਣ ਵਾਲੇ ਅਮੀਰ ਬਣੀ ਜਾਂਦੇ ਨੇ, ਔਰਤਾਂ ਵਿਧਵਾ ਹੋ ਜਾਂਦੀਆਂ ਜੀ, ਜਿਨ੍ਹਾਂ ਦੇ ਮਰਨਗੇ ਵਿਧਵਾ ਹੀ ਹੋਣਗੀਆਂ, ਮਾਵਾਂ ਦੇ ਪੁੱਤ ਬੁਰੇ ਹਾਲ ਹੋਏ ਪਏ ਨੇ, ਸ਼ਰਾਕ ਬੁੱਝ ਗਿਆ ਜੀ ਘਰਾਂ ਦੇ, ਬਿਲਕੁਲ ਸਾਡੇ ਪਿੰਡ ਦਾ ਤਾਂ ਸੱਤਿਆਨਾਥ ਹੋਇਆ ਪਿਆ ਜੀ, ਪ੍ਰਸ਼ਾਸਨ ਜਮ੍ਹਾਂ ਹੀ ਨਹੀਂ ਗੌਰ ਕਰਦਾ ਪਿਆ, ਆਉਂਦੇ ਨੇ ਗੇੜਾ ਮਾਰ ਜਾਂਦੇ ਜੀ, ਉਸ ਤੋਂ ਬਾਅਦ ਕੁਛ ਵੀ ਨਹੀਂ, ਫਾਰਮੈਲਿਟੀ ਪੂਰੀ ਕਰਦੇ ਨੇ। ਅਸੀਂ ਤਾਂ ਨੇ ਕੋਈ ਸਰਕਾਰ ਸਾਡੀ ਸੁਣੇ, ਕੋਈ ਚੰਗੀ ਸਰਕਾਰ, ਸਰਕਾਰਾਂ 'ਤੇ ਵਿਸ਼ਵਾਸ ਤਾਂ ਹੈ ਨਹੀਂ, ਜੇ ਕੋਈ ਚੰਗੀ ਸਰਕਾਰ ਬਣੇ ਤਾਂ ਉਹੀ ਇਹਨੂੰ ਬੰਦ ਕਰਾ ਸਕਦੀ, ਯੋਗੀ ਵਗੈਰੇ ਜਾਂ ਮੋਦੀ ਵਗੈਰੇ, ਹੋਰ ਸਾਨੂੰ ਕਿਸੇ ਸਰਕਾਰ 'ਤੇ ਕੋਈ ਉਮੀਦ ਨਹੀਂ ਹੈਗੀ, ਕਿਉਂਕਿ ਉਹੀ ਇਹਨਾਂ ਚੀਜ਼ਾਂ ਨੂੰ ਨੱਥ ਪਾ ਸਕਦੇ ਨੇ, ਹੋਰ ਕੋਈ ਸਰਕਾਰ ਨਹੀਂ ਪਾ ਸਕਦੀ। ਹੋਣਾ ਚਾਹੀਦਾ ਜੀ, ਜ਼ਰੂਰ ਹੋਣਾ ਚਾਹੀਦਾ, ਨਹੀਂ ਤਾਂ ਇਹ ਵੋਟਾਂ ਵੱਟੀ ਆਉਂਦੇ ਨੇ, ਜੇ ਨੌਜਵਾਨ ਹੀ ਮਰ ਗਏ ਵੋਟਾਂ ਕਿੱਥੋਂ ਪੈਣਗੀਆਂ ਸਰਕਾਰਾਂ ਨੂੰ? ਇਹ ਵੋਟਾਂ ਦੇ ਨੇ ਸੱਕੇ, ਇਹਨਾਂ ਦੀ ਜ਼ਿੰਦਗੀ ਦੇ ਨਹੀਂ ਸੱਕੇ ਹੈਗੇ, ਵੋਟ ਦੀ ਸਾਰੀ ਦੁਨੀਆ ਸੱਕੀ ਆ, ਇਹਨਾਂ ਦੀ ਜ਼ਿੰਦਗੀ ਦੀ ਵੀ ਸੱਕੀ ਬਣਨ ਨਾ, ਕਿ ਇਹਨਾਂ ਨੂੰ ਬਚਾਉਣਾ ਵੀ ਹੈ, ਨਸ਼ੇ ਤੋਂ ਵੀ ਬਚਾਈਏ, ਨਸ਼ੇ ਤੋਂ ਬਚਾਉਣ ਵੱਲ ਕਿਸੇ ਦਾ ਧਿਆਨ ਨਹੀਂ, ਅਤੇ ਵੋਟਾਂ ਮੰਗਣਾ ਦਰ ਦਰ ਕੁੱਤਿਆਂ ਦਰਾਂ ਫਿਰਦੀਆਂ ਨੇ ਸਰਕਾਰਾਂ। ਇਹਦੀ 20 ਤੋਂ 25 ਸਾਲ 4 ਬੱਚੇ ਆ ਜੀ, 2 ਕੁੜੀਆਂ 2 ਮੁੰਡੇ, ਮੁੰਡੇ ਦਾ ਨਾਂ ਰਣਜੀਤ ਅਤੇ ਸਨ ਬਸ਼ੀਰ, ਖੁੰਡੇ ਪਿੰਡ ਦਾ। ਹਾਂਜੀ।
ਮੇਰਾ ਨਾਂ ਜਸਵਿੰਦਰ ਹੈ। ਮੇਰਾ ਘਰ ਵਾਲਾ ਚਿੱਟਾ ਲਾਉਂਦਾ ਸੀ, ਇਹ ਚਿੱਟਾ ਲਾਉਂਦਾ ਟੀਕੇ, ਵੇ ਟੀਕੇ ਲਾਉਂਦਾ ਸੀ ਭਰਾਵਾ, ਵੇ ਚਿੱਟੇ ਦੇ ਟੀਕੇ ਲਾਉਂਦਾ ਸੀ, ਚਿੱਟਾ ਲਾਉਂਦਾ ਟੀਕਿਆਂ ਚ, ਇਹਨੇ ਚਿੱਟਾ ਲੈ ਗਿਆ। ਅੱਜ ਚੌਥੀ ਮੌਤ ਹੋ ਚੁੱਕੀ ਚਿੱਟੇ ਨਾਲ, ਅੱਜ ਛੇਵਾਂ ਦਿਨ ਹੋਇਆ ਮੇਰੇ ਭਰਾਵਾਂ ਨੂੰ ਚਿੱਟਾ ਲੈ ਗਿਆ, ਮੈਂ ਚਿੱਟੇ ਵਾਲਾ ਇਹਨੂੰ ਲੈ ਮੈਂ ਚਿੱਟਾ ਲੈ ਕੇ ਬਹਿ ਗਿਆ। ਕੋਈ ਨੀ ਇਹਨਾਂ ਨੂੰ ਫੜਦੀ, ਇਹਨਾਂ ਨੂੰ ਕੋਈ ਫੜਨ ਵਾਲਾ ਹੀ ਨੀ ਹੈਗਾ, ਇਹ ਤਾਂ ਨੌਜਵਾਨ ਮੰਜਿਆਂ ਤੇ ਪਾਈ ਜਾਂਦੇ, ਚਿੱਟੇ ਵਾਲੇ ਨੌਜਵਾਨ ਮੰਜਿਆਂ ਤੇ ਪਾਈ ਜਾਂਦੇ, ਭੋਰਾ ਭੋਰਾ ਦੀਆਂ ਜ਼ਿੰਦਗੀਆਂ ਰੋਲੀ ਜਾਂਦੇ, ਭੋਰਾ ਭੋਰਾ ਬੱਚੇ ਰੋਲੀ ਜਾਂਦੇ, ਬੱਚਿਆਂ ਦਾ ਕੌਣ ਇੱਥੇ, ਚਿੱਟੇ ਵਾਲਿਆਂ ਨੇ ਤਾਂ ਜ਼ਿੰਦਗੀਆਂ ਬਰਬਾਦ ਕਰਤੀਆਂ। ਸਾਡੇ ਸਾਈ ਸਰ ਤੋਂ ਕੋਲੇ ਚਿੱਟਾ ਲੈ ਗਿਆ, ਠੀਕ ਹੈ ਦੱਚ ਰਚ ਕੇ ਚਿੱਟਾ ਵਾਧੂ ਵੇਖਦਾ, ਅਜੇ ਵੀ ਵਾਧੂ ਵੇਖਦਾ, ਸਾਡੀ ਗਿਆ ਚੌਥੀ ਮੌਤ ਹੋ ਗਈ, ਚਿੱਟਾ ਤਾਂ ਵੀ ਨੀ ਬੰਦ ਹੋਇਆ, ਚਿੱਟਾ ਤਾਂ ਵੀ ਸਾਡੇ ਨੌਜਵਾਨ ਗਏ ਚਲੇ, ਚਿੱਟਾ ਤਾਂ ਵੀ ਨੀ ਬੰਦ ਹੋਇਆ, ਨੌਜਵਾਨ ਤੁਰ ਗਏ। ਮੇਰੇ ਚਾਚੇ ਦਾ ਮੁੰਡਾ ਵੀ ਇਸੇ ਕੰਮ ਚ, ਕਾਰਾ ਪੈਸਾ ਖਾ ਕੇ ਬਹਿ ਜਾਂਦੀਆਂ, ਮਸਲਾ ਦੀ ਹੱਲ ਕਰਦੀਆਂ, ਪੁਲਸਾਂ ਵੀ ਖਾ ਪੈਸੇ ਲੈ ਲੈ ਖਾਈ ਜਾਂਦੇ ਆ, ਪੁਲਸਾਂ ਦੀ ਵੀ ਸਹਿਮਤੀਆਂ ਲੈ ਲੈਂਦੀਆਂ, ਮਹੀਨਾ ਮਹੀਨਾ ਲੈ ਕੇ ਬਹਿ ਜਾਂਦੇ ਆ, ਜੁੱਲਗਾਂ ਵਕਾਤੀਆਂ ਸਾਡੀਆਂ, ਚਿੱਟੇ ਨੇ ਜੁੱਲਗਾਂ ਵਕਾਤ